ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਬਾਈਕ ਦੇ ਉੱਤੇ ਜਾ ਰਹੇ ਦੋ ਨੌਜਵਾਨਾਂ ਨੂੰ ਬੁਰੇ ਤਰੀਕੇ ਦੀ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਦੇਰ ਰਾਤ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਪੁਲਿਸ ਜਦੋਂ ਸਵੇਰੇ ਮੌਕੇ ਤੇ ਪਹੁੰਚੀ ਤਾਂ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸਦੀ ਲਾਸ਼ ਤੋਂ ਕਰੀਬ 200 ਤੋਂ 250 ਮੀਟਰ ਦੂਰ ਜਾ ਕੇ ਬਾਈਕ ਗਿਰਿਆ ਹੋਇਆ ਸੀ, ਤੇ ਬਾਈਕ ਦੇ ਕੋਲ ਹੀ ਇੱਕ ਹੋਰ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ, ਜੋ ਕਿ ਕਾਫੀ ਜ਼ਿਆਦਾ ਜ਼ਖਮੀ ਦੱਸਿਆ ਜਾ ਰਿਹਾ, ਜਿਸ ਨੂੰ ਕਿ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਘੰਟਾ ਘਰ ਪੁਲ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਜੋ ਇਹ ਨੌਜਵਾਨ ਸੀ, ਦੱਸਿਆ ਜਾ ਰਿਹਾ ਕਿ ਇਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੇ ਸੀ, ਪਰ ਰਸਤੇ ਦੇ ਵਿੱਚ ਕਿਸੇ ਅਣਪਛਾਤੀ ਕਾਰ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਹੈ, ਜੋ ਕਿ ਕਾਫੀ ਜ਼ਿਆਦਾ ਤੇਜ਼ ਰਫ਼ਤਾਰ 'ਤੇ ਸੀ, ਅਤੇ ਇਹਨਾਂ ਦਾ ਬਾਈਕ ਜਾ ਕੇ ਡਿਵਾਈਡਰ ਦੇ ਨਾਲ ਟਕਰਾਉਂਦਾ ਹੈ, ਜਿਸ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੂਸਰਾ ਜ਼ਖਮੀ ਹੋ ਜਾਂਦਾ ਹੈ। ਹਾਲਾਂਕਿ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਅਤੇ ਪੁਲਿਸ ਮੌਕੇ ਦੇ ਉੱਤੇ ਮੌਜੂਦ ਹੈ, ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਉੱਥੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੀ ਲੱਗੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ, ਕਿਹੜੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ, ਉਸਦੀ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਈਵੇ ਦੇ ਉੱਪਰ ਜਿਹੜਾ ਮੇਨ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ ਸਰ, ਕੁਛ ਆਈਡੀਆ ਲੱਗ ਸਕਿਆ ਕਿ ਤੇਜ਼ ਰਫ਼ਤਾਰ ਹੋਊਗਾ? ਤੇਜ਼ ਰਫ਼ਤਾਰ ਗੱਡੀ, ਹਾਂ ਜੀ, ਲੱਗ ਰਿਹਾ ਵੀ ਇਹ ਦੋ ਬੰਦੇ ਸੀ, ਇਹ ਅਤੇ ਬੈਕ ਨਾ ਜੀ ਪਿੱਛੇ ਖੜੀ ਆ, ਉਹ ਡਿੱਗੀ ਪਈ ਆ। ਠੀਕ ਹੈ, ਗਰਾਊਂਡ ਪੁਲ ਤੋਂ ਸੈਰ ਬਾਈਪਾਸ ਵਾਲੇ ਪਾਸੇ ਜਾ ਰਿਹਾ ਸੀ, ਕੋਈ ਤੇਜ਼ ਰਫ਼ਤਾਰ ਗੱਡੀ, ਕਿਉਂਕਿ ਟਾਈਮ ਤੜਕੇ ਦਾ ਸੀਗਾ, ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ। ਪਹਿਚਾਣ ਗੱਡੀ ਦਾ ਨੰਬਰ ਤਾਂ ਪਤਾ ਲੱਗ ਗਿਆ, ਉਹ ਤੋਂ ਇਹਦੀ ਪਹਿਚਾਣ ਕੱਢਾਂਗੇ। ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹੋਸਪਿਟਲ ਦਾਖਲ ਕੀਤਾ, ਅਤੇ ਉਹ ਤੋਂ ਪਹਿਚਾਣ ਪਤਾ ਲੱਗ ਸਕਦੀ ਇਹਦੀ, ਬਾਕੀ ਵਹੀਕਲ ਤੋਂ ਪਤਾ ਲੱਗ ਜਾਣਾ। ਵਹੀਕਲ ਉਹਦੇ ਤੋਂ ਜਿਹੜਾ ਪ੍ਰਵਾਸੀ ਲੱਗਦਾ ਪਿਆ, ਉਹ ਜਿਹੜੇ ਨਾਂ ਤੋਂ ਔਰ ਦੇਖਣ ਤਾਂ ਨੇਪਾਲੀ ਟੈਪ ਵੀ ਲੱਗਦਾ ਪਿਆ, ਪਰ ਪ੍ਰਵਾਸੀ ਆ, ਪੰਜਾਬੀ ਨਹੀਂ ਹੈ, ਪੰਜਾਬੀ ਆ। ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸਨੇ ਕਿ ਬਾਈਕ ਦੇ ਉੱਤੇ ਜਾ ਰਹੇ ਦੋ ਨੌਜਵਾਨਾਂ ਨੂੰ ਬੁਰੇ ਤਰੀਕੇ ਦੀ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਦੇਰ ਰਾਤ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਪੁਲਿਸ ਜਦੋਂ ਸਵੇਰੇ ਮੌਕੇ ਤੇ ਪਹੁੰਚੀ ਤਾਂ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸਦੀ ਲਾਸ਼ ਤੋਂ ਕਰੀਬ 200 ਤੋਂ 250 ਮੀਟਰ ਦੂਰ ਜਾ ਕੇ ਬਾਈਕ ਗਿਰਿਆ ਹੋਇਆ ਸੀ, ਅਤੇ ਬਾਈਕ ਦੇ ਕੋਲ ਹੀ ਇੱਕ ਹੋਰ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ, ਜੋ ਕਿ ਕਾਫੀ ਜ਼ਿਆਦਾ ਜ਼ਖਮੀ ਦੱਸਿਆ ਜਾ ਰਿਹਾ, ਜਿਸ ਨੂੰ ਕਿ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਦੇ ਘੰਟਾ ਘਰ ਪੁਲ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਜੋ ਇਹ ਨੌਜਵਾਨ ਸੀ, ਦੱਸਿਆ ਜਾ ਰਿਹਾ ਕਿ ਇਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੇ ਸੀ, ਪਰ ਰਸਤੇ ਦੇ ਵਿੱਚ ਕਿਸੇ ਅਣਪਛਾਤੀ ਕਾਰ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ ਹੈ, ਜੋ ਕਿ ਕਾਫੀ ਜ਼ਿਆਦਾ ਤੇਜ਼ ਰਫ਼ਤਾਰ 'ਤੇ ਸੀ, ਅਤੇ ਇਹਨਾਂ ਦਾ ਬਾਈਕ ਜਾ ਕੇ ਡਿਵਾਈਡਰ ਦੇ ਨਾਲ ਟਕਰਾਉਂਦਾ ਹੈ, ਜਿਸ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੂਸਰਾ ਜ਼ਖਮੀ ਹੋ ਜਾਂਦਾ ਹੈ। ਹਾਲਾਂਕਿ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬਾਈਕ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ
ਨੁਕਸਾਨਿਆ ਗਿਆ ਤੇ ਪੁਲਿਸ ਮੌਕੇ ਦੇ ਉੱਤੇ ਮੌਜੂਦ ਹੈ ਜਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਉੱਥੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੀ ਲੱਗੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ ਕਿ ਆਖਿਰ ਇਹ ਹਾਦਸਾ ਵਾਪਰਿਆ ਕਿਵੇਂ ਹੈ, ਕਿਹੜੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ। ਉਸ ਦੀ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਕਾ ਕਰ ਲਓ ਯਾਰ, ਦੱਸੋਗੇ ਸਰ ਕੀ ਮਾਮਲਾ ਕੀ ਹੈ, ਕੀ ਹੋਇਆ ਕੀ ਥੋੜ੍ਹਾ ਦੱਸੋਗੇ? ਉਹ ਐਕਸੀਡੈਂਟ ਹੋਇਆ ਜੀ, ਸਵੇਰੇ ਪਤਾ ਲੱਗਿਆ ਤੜਕੇ ਸਾਨੂੰ ਕਿ ਹਾਈਵੇ ਦੇ ਉੱਪਰ ਜਿਹੜਾ ਮੇਨ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ। ਸਰ ਕੁਛ ਆਈਡੀਆ ਲੱਗ ਸਕਿਆ ਕਿ ਤੇਜ਼ ਰਫ਼ਤਾਰ ਹੋਊਗਾ? ਤੇਜ਼ ਰਫ਼ਤਾਰ ਗੱਡੀ, ਹਾਂ ਇਹ ਲੱਗ ਰਿਹਾ ਵੀ ਇਹ ਦੋ ਬੰਦੇ ਸੀ ਇਹ, ਅਤੇ ਬਾਈਕ ਨਾ ਜੀ ਪਿੱਛੇ ਖੜੀ ਆ, ਉਹ ਡਿੱਗੀ ਪਈ ਆ। ਠੀਕ ਹੈ, ਗਰਾਊਂਡ ਪੁਲ ਤੋਂ ਸ਼ਾਇਦ ਬਾਈਪਾਸ ਵਾਲੇ ਪਾਸੇ ਜਾ ਰਿਹਾ ਸੀ, ਕੋਈ ਤੇਜ਼ ਰਫ਼ਤਾਰ ਗੱਡੀ, ਕਿਉਂਕਿ ਟਾਈਮ ਤੜਕੇ ਦਾ ਸੀਗਾ, ਨਿਰਾਉਣ ਕਰਕੇ ਤਾਂ ਪਤਾ ਨਹੀਂ ਚੱਲ ਸਕਿਆ। ਪਹਿਚਾਣ ਗੱਡੀ ਦਾ ਨੰਬਰ ਤਾਂ ਪਤਾ ਲੱਗ ਗਿਆ, ਉਹ ਤੋਂ ਇਹਦੀ ਪਹਿਚਾਣ ਕੱਢਾਂਗੇ। ਬਾਕੀ ਇੱਕ ਬੰਦਾ ਜਿਹੜਾ ਜ਼ਖਮੀ ਹੈਗਾ ਹੋਸਪਿਟਲ ਦਾਖਲ ਕੀਤਾ, ਅਤੇ ਉਹ ਤੋਂ ਪਹਿਚਾਣ ਪਤਾ ਲੱਗ ਸਕਦੀ ਇਹਦੀ। ਬਾਕੀ ਵਹੀਕਲ ਤੋਂ ਪਤਾ ਲੱਗ ਜਾਣਾ, ਵਹੀਕਲ ਉਹਦੇ ਤੋਂ ਜਿਹੜਾ ਪ੍ਰਵਾਸੀ ਲੱਗਦਾ ਪਿਆ, ਉਹ ਜਿਹੜੇ ਨਾਂ ਤੋਂ ਔਰ ਦੇਖਣ ਤਾਂ ਨੇਪਾਲੀ ਟੈਪ ਵੀ ਲੱਗਦਾ ਪਿਆ, ਪਰ ਪ੍ਰਵਾਸੀ ਆ, ਪੰਜਾਬੀ ਨਹੀਂ ਹੈ, ਪੰਜਾਬੀ ਆ।